ਜੀ ਐਸ ਆਈ ਬਲਦੇਵ ਸਿੰਘ ਚੌਂਕੀ ਗੱਗੋਵਾਲ ਥਾਣਾ ਅੰਦਾਸ ਡੈਡ ਬੋਡੀ ਪ੍ਰਾਪਤ ਹੋਈ ਤੁਹਾਨੂੰ ਕਿਸ ਤਰ੍ਹਾਂ ਪ੍ਰਾਪਤ ਹੋਈ ਸਵੇਰੇ ਬੀ ਐਸ ਐਫ ਵੱਲੋਂ ਸਾਨੂੰ ਦੱਸਿਆ ਗਿਆ ਜੀ ਪੋਸਟ ਬੇਦੀ ਛਿੰਦਾ ਵੱਲੋਂ ਫਿਰ ਉੱਥੇ ਮੌਕੇ 'ਤੇ ਗਏ ਮੌਕੇ 'ਤੇ ਜਾ ਕੇ ਵੇਖਿਆ ਡੈਡ ਬੋਡੀ ਜਿਹੜੀ ਆ ਤਾਰ ਦੇ ਨਜ਼ਦੀਕ ਪਈ ਹੋਈ ਜੀ ਜੋ ਇਹ ਵਿਅਕਤੀ ਜਿਹੜਾ ਇੰਡੀਆ ਵਾਲੀ ਤਾਰ ਜਿਹੜੀ ਕੰਡਿਆਲੀ ਲੱਗੀ ਆ ਬਾਰਡਰ 'ਤੇ ਉਹਨੂੰ ਕਰੋਸ ਕਰਦਾ ਸੀ ਕਰੋਸ ਕਰਦੇ ਨੂੰ ਬੀ ਐਸ ਐਫ ਵੱਲੋਂ ਗੋਲੀ ਨਾਲ ਮਾਰਿਆ ਗਿਆ ਹਾਂਜੀ ਜੋ ਬੀ ਐਸ ਐਫ ਨੇ ਸਾਡੇ ਸਪੁਰਦ ਕੀਤਾ ਡੈਡ ਬੋਡੀ ਸਿਵਲ ਹੋਸਪਿਟਲ ਨਾਲਾ ਜਮ੍ਹਾਂ ਕਰਵਾ ਦਿੱਤੀ 72 ਘੰਟੇ ਵਾਸਤੇ ਸ਼ਨਾਖਤ ਵਾਸਤੇ ਸਪਰਿੰਗ ਗੰਨ ਇੱਕ ਤੰਬਾਕੂ ਦੀ ਪੁੜੀ ਅਤੇ ਬੀੜੀਆਂ ਪਾਕਿਸਤਾਨੀ ਅੱਗੇ ਦੀ ਕਾਰਵਾਈ 72 ਘੰਟੇ ਤੋਂ ਬਾਅਦ 'ਚ ਅੰਮ੍ਰਿਤਸਰ ਵਿੱਚ ਜਾਂਦੀ ਜਾਏਗੀ।